ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਦੇਸ਼ ਭਰ ਦੇ ਡਾਕਟਰ ਹੜਤਾਲ ਤੇ ਮਰੀਜ਼ ਪਰੇਸ਼ਾਨ। ਲੁਧਿਆਣਾ ਵਿੱਚ ਕੱਪੜੇ ਦੀਆਂ 3 ਫੈਕਟਰੀਆਂ ਨੂੰ ਲੱਗੀ ਭਿਆਨਕ ਅੱਗ। ਆਂਗਨਵਾੜੀ ਵਰਕਰਾਂ ਨੇ ਖੂਨ ਨਾਲ ਲਿਖੇ ਮੰਗ ਪੱਤਰ ਕੈਪਟਨ ਨੂੰ ਭੇਜੇ। ਫਤਿਹਵੀਰ ਨੂੰ ਇਨਸਾਫ ਦਿਵਾਉਣ ਲਈ ਸੰਗਰੂਰ ਵਿੱਚ ਸ਼ੁਰੂ ਹੋਈ ਭੁੱਖ ਹੜਤਾਲ। ਚੋਣ ਜਿੱਤਣ ਤੋਂ ਬਾਅਦ ਸਨੀ ਦਿਓਲ ਪਹੁੰਚੇ ਗੁਰਦਾਸਪੁਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਬੰਗਾਲ ਵਿੱਚ ਡਾਕਟਰਾਂ ਤੇ ਹੋਏ ਹਮਲੇ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਡਾਕਟਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਕਿਹਾ ਕਿ ਜੇ ਸਰਕਾਰ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਵੀ ਉਹਨਾਂ ਦੀ ਮਦਦ ਲਈ ਹੜਤਾਲ ਕਰਨ ਲਈ ਸ਼ਾਮਲ ਹੋਣਗੇ। ਡਾਕਟਰ ਗੁਰਮੇਲ ਸਿੰਘ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਡਾਕਟਰਾਂ ਤੇ ਭੀੜ ਵੱਲੋਂ ਹਮਲੇ ਕੀਤੇ ਗਏ, ਇਸ ਲਈ ਸਰਕਾਰ ਨੂੰ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਏ ਅਤੇ ਬਣਦੀ ਕਾਰਵਾਈ ਵੀ ਕਰਨੀ ਚਾਹੀਦੀ ਏ। जो वेस्ट बंगाल में अटैक हुआ, इट वाज एन अनफॉर्चुनेट इंसिडेंट, पर खुदा की रहमत है कि बोथ द इंटर्न्स जिनके ऊपर असॉल्ट हुआ था, दे आर सेफ बिकॉज ऑफ द राइट टाइम ऑफ मेडिकल इंटरवेंशन एंड सपोर्ट। पर जो ये इंसिडेंट था, इसने सारी मेडिकल फ्रटर्निटी को ऑल अक्रॉस द इंडिया हिला दिया। क्या हम इसलिए डॉक्टर बने हैं कि हम लोगों का गुस्सा भी सहें और उनकी जान भी बचाएं? वी वॉन्ट दैट देर शुड बी अ फोर्सफुल लॉ जो कि इस वायलेंस के माहौल को डेटरेंट हो, लोगों को रोके, लोगों को पता बताए कि अगर कोई भी आदमी वर्क प्लेस पे किसी भी डॉक्टर को किसी तरह की भी कोई धमकी, कोई उससे जोर आजमाई या उसको मारपीट करता है तो ही कैन बी प्रोसिक्यूटेड अंडर लॉ एंड उसको सख्त सज़ा मिलनी चाहिए ताकि लोगों के लिए ये सिख्या हो। दरअसल ऐसा प्रावधान है सरकार में भी, अगर एक डॉक्टर के ऊपर होता है तो ये आज तक सिर्फ पेपर में है, इट इज़ नॉट इंक्लूडेड इन द आईपीसी। जो हम चाहते हैं कि आईपीसी में होके ये लॉ नोटिफाई हो, जिसका सारे पुलिस स्टेशन में इसका संज्ञान हो और सभी को ये चीज़ पता लगनी चाहिए कि ये चीज़ इम्प्लीमेंटेड है। आपने इतना बड़ा आज वो जो प्रदर्शन किया है, क्या आपको लिखती रूप में कोई सरकार को दिया है, कोई विभाग को दिया? इसके लिए हमने मेमोरेंडम सबमिट किया है टू द सिविल सर्जन, जो कि हमारे आईएमए के प्रेसिडेंट भी हैं। उसमें दो उसके वो हैं, मेमोरेंडम है। एक हर डिस्ट्रिक्ट से मेमोरेंडम टू द प्रधानमंत्री ऑफ इंडिया मिस्टर नरेंद्र मोदी के लिए है और दूसरा मेमोरेंडम टू द डिस्ट्रिक्ट एडमिनिस्ट्रेशन है अगेंस्ट दिस वायलेंस। ਲੁਧਿਆਣਾ ਸ਼ਹਿਰ ਦੇ ਨੂਰਾਵਾਲਾ ਰੋਡ ਤੇ ਸਥਿਤ ਕੱਪੜੇ ਦੀਆਂ 3 ਫੈਕਟਰੀਆਂ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਨੇ ਨਾਲ ਦੀਆਂ ਹੋਰ ਫੈਕਟਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਕੱਪੜੇ ਦੀਆਂ 2 ਫੈਕਟਰੀਆਂ ਨੂੰ ਅੱਗ ਲੱਗੀ ਸੀ, ਪਰ ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ 3 ਫੈਕਟਰੀ ਤੱਕ ਵੀ ਅੱਗ ਪੁੱਜ ਗਈ। ਅੱਗ ਲੱਗਣ ਕਾਰਨ ਫੈਕਟਰੀਆਂ ਦੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਵਿਭਾਗ ਦੀਆਂ 150 ਦੇ ਕਰੀਬ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਖਬਰ ਲਿਖੇ ਜਾਣ ਤੱਕ ਫੈਕਟਰੀਆਂ ਦੇ ਅੰਦਰ ਅੱਗ ਹਾਲੇ ਵੀ ਸੁਲਗ ਰਹੀ ਸੀ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਟਾਂਡਾ ਚੌਂਕ ਵਿੱਚ ਸਥਿਤ ਇੱਕ ਬੇਕਰੀ ਵਿੱਚ ਅੱਗ ਲੱਗਣ ਦੀ ਖਬਰ ਮਿਲੀ, ਜਿਸ ਨਾਲ ਬੇਕਰੀ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਅੱਗ ਜੋ ਸ਼ਿਵਪੁਰੀ ਸੁਬਹ 3 ਵਜੇ ਅੱਗ ਲੱਗੀ ਸੀ, ਇਸ ਦੀ ਸੂਚਨਾ ਜੋ ਫਾਇਰ ਬ੍ਰਿਗੇਡ ਕੋ ਸੁਬਹ 4 ਵਜੇ ਦੀ ਗਈ ਹੈ। ਫਾਇਰ ਬ੍ਰਿਗੇਡ ਨੇ ਤੁਰੰਤ ਜਿਹੜੀਆਂ ਆਪਣੀਆਂ 10-12 ਗਾੜੀਆਂ ਅੱਗ ਪੇ ਭੇਜ ਦੀਆਂ ਗਈਆਂ। ਇਸ ਅੱਗ ਜ਼ਿਆਦਾ ਹੋਣ ਦੀ ਵਜ੍ਹਾ ਸੇ ਆਸ ਪਾਸ ਕੇ ਫਾਇਰ ਸਟੇਸ਼ਨ ਗਾੜੀਆਂ ਬੁਲਾਈ ਗਈ ਹੈ। तो सभी प्रशासन जो है मौके पर पहुंचा हुआ है, एसीबी है, डीएसपी है, एसडीएम साहब है, मेयर साहब है, हमारे फायर के सारे अफसर मौके पर मौजूद हैं। तो यदि आग अभी कंट्रोल कर ली गई है, थोड़ी देर में पूरी तरह बुझा ली गई है। 2 फैक्ट्रियों में आग लगी है। हाँ, अब तक 50% से ज़्यादा आग पर काबू पाया जा चुका है। ये हाजरी की फैक्ट्री है। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਣੇ ਖੂਨ ਨਾਲ ਮੰਗ ਪੱਤਰ ਲਿਖਿਆ। ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਰੁਣਾ ਚੌਧਰੀ ਦੇ ਨਾਂ ਲਿਖਿਆ ਗਿਆ। ਇਹਨਾਂ ਮੰਗਾਂ ਸੰਬੰਧੀ ਲਿਖੇ ਗਏ ਮੰਗ ਪੱਤਰ ਨੂੰ ਡਾਕ ਰਾਹੀਂ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ। ਆਂਗਨਵਾੜੀ ਵਰਕਰ ਯੂਨੀਅਨ ਬਲਾਕ ਬਲਾਚੌਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਨਾਮ ਜਾਰੀ ਮੰਗ ਪੱਤਰ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਖੂਨ ਨਾਲ ਲਿਖ ਕੇ ਪੋਸਟ ਕੀਤਾ।
ਕੀਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਦਲਜੀਤ ਕੌਰ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਰਵਦਰ ਨੀਤੀਆਂ ਦੀ ਨਿਖੇਧੀ ਵੀ ਕੀਤੀ। ਇਸ ਦੇ ਨਾਲ ਹੀ ਗੁਰੂ ਹਰ ਸਹਾਇ ਦੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੀ ਖੂਨ ਨਾਲ ਲਿਖ ਕੇ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗਾਂ ਦੀ ਮੰਤਰੀ ਅਰੁਣਾ ਚੌਧਰੀ ਦੇ ਨਾਮ ਭੇਜੇ ਹਨ। ਇਸ ਮੌਕੇ ਬਲਾਕ ਪ੍ਰਧਾਨ ਕੁਲਜੀਤ ਕੌਰ ਨੇ ਦੱਸਿਆ ਕਿ ਅਕਤੂਬਰ 2018 ਤੋਂ ਵਧਾਇਆ ਗਿਆ ਮਾਣ ਭੱਤਾ ਪੰਜਾਬ ਸਰਕਾਰ ਨੇ ਨਹੀਂ ਜਾਰੀ ਕੀਤਾ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਆਪਣੇ ਆਪਣੇ ਬਲਾਕ 'ਤੇ ਬਲੱਡ ਨਾਲ ਲਿਖ ਕੇ ਅਰੁਣਾ ਚੌਧਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜ ਰਹੇ ਹਾਂ। ਸਾਡਾ ਇਹਨਾਂ ਨੇ ਪੰਜਾਬ ਸਰਕਾਰ ਨੇ ਮਤਲਬ ਜੋ ਸ਼ੇਅਰ ਕੇਂਦਰ ਸਰਕਾਰ ਨੇ ਸਾਨੂੰ 1500 ਅਤੇ ਵਰਕ ਹੈਲਪਰ ਨੂੰ 750 ਰੁਪਇਆ ਵਾਧਾ ਕੀਤਾ ਸੀ, ਉਸ ਵਿੱਚ ਇਹਨਾਂ ਨੇ 40% ਆਪਣੇ ਵੱਲੋਂ ਪਾਉਣਾ ਸੀ ਅਤੇ ਉਹ ਪੰਜਾਬ ਸਰਕਾਰ ਨੇ ਕਟੌਤੀ ਕਰ ਲਈ ਹੈ। ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਜਦੋਂ ਤੱਕ ਸਾਨੂੰ 40% ਪੰਜਾਬ ਸਰਕਾਰ ਵਾਪਸ ਨਹੀਂ ਕਰ ਰਹੀ, ਉਦੋਂ ਤੱਕ ਸਾਡੇ ਪਹਿਲਾਂ ਤਾਂ ਅਸੀਂ ਖੂਨ ਨਾਲ ਮੰਗ ਪੱਤਰ ਦੇ ਰਹੇ ਹਾਂ, ਫਿਰ ਅਸੀਂ ਆਪਣਾ ਸੰਘਰਸ਼ ਜ਼ੋਰਾਂ ਸ਼ੋਰਾਂ 'ਤੇ ਕਰਾਂਗੇ ਅਤੇ ਉਸ ਤੋਂ ਬਾਅਦ ਅਸੀਂ 6 ਜੁਲਾਈ ਨੂੰ ਅਰੁਣਾ ਚੌਧਰੀ ਦੇ ਘਰ ਕੋਠੀ ਦਾ ਘਿਰਾਓ ਕਰਾਂਗੇ ਅਤੇ ਉੱਥੇ ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ। ਜਦੋਂ ਤੱਕ ਅਸੀਂ ਆਪਣੇ 40% ਵਾਪਸ ਨਹੀਂ ਲੈਂਦੇ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਵਿੱਚ ਬੋਰਵੈਲ ਵਿੱਚ ਡਿੱਗਦੇ ਜ਼ਿੰਦਗੀ ਦੀ ਜੰਗ ਹਾਰੇ 2 ਸਾਲਾਂ ਦੇ ਮਾਸੂਮ ਬੱਚੇ ਫਤਿਹਵੀਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਲੋਕਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਭੁੱਖ ਹੜਤਾਲ 'ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਇਹ ਭੁੱਖ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਕਮੇਟੀ ਨਹੀਂ ਬਣਦੀ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ। ਅਸੀਂ ਭਗਵਾਨਪੁਰਾ ਵਿੱਚ ਜੋ ਪਿਛਲੇ ਦਿਨੀ ਮੈਂ ਸੁਣਦਾ ਸੀ ਕਤਲ ਹੀ ਕਹਿ ਸਕਦੇ ਵੀ ਕਤਲ ਹੋਇਆ, ਉਸਨੂੰ ਇਨਸਾਫ਼ ਦਿਲਾਉਣ ਦੇ ਲਈ ਭੁੱਖ ਹੜਤਾਲ 'ਤੇ ਬੈਠੇ ਹਾਂ ਔਰ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੇ ਦੋਸ਼ੀਆਂ ਨੂੰ ਜਾਂਚ ਨਹੀਂ ਹੁੰਦੀ, ਉਹਨਾਂ ਨੂੰ ਜਾਂਚ ਕਮੇਟੀ ਨਹੀਂ ਬਿਠਾਈ ਜਾਂਦੀ ਔਰ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ। ਅਸੀਂ ਕੈਪਟਨ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਜਿਹੜੇ ਜਦੋਂ ਤੁਸੀਂ ਚਲੋ ਮਾਸੂਮ ਸਾਡਾ ਫਤਿਹਵੀਰ ਬੋਰਵੈਲ ਦੇ ਵਿੱਚ ਫਸਿਆ ਹੋਇਆ ਸੀ, ਆਪ ਤੁਸੀਂ ਸੈਰ ਕਰ ਰਹੇ ਸੀ ਪਹਾੜਾਂ ਦੇ ਵਿੱਚ, ਪਰ ਹੁਣ ਵੀ ਚਲੋ ਸੁਰਤ ਕਰੋ, ਜਿਹੜੇ ਪੰਜਾਬ ਦੇ ਲੋਕ ਸੜਕਾਂ 'ਤੇ ਬੈਠੇ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉਹ ਤੁਹਾਨੂੰ ਇਨਸਾਫ਼ ਦਿਵਾਉਣ ਦੇ ਲਈ ਹੁਣ ਤਾਂ ਆ ਕੇ ਜਾਂਚ ਕਮ ਸੇ ਕਮ ਜਾਂਚ ਕਮੇਟੀ ਬਿਠਾਈ ਜਾਵੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ। ਭੁੱਖ ਹੜਤਾਲ ਕਿਸ ਤਰ੍ਹਾਂ ਜਾਂ ਕਿੰਨੇ ਲੋਕ ਬੈਠੇ? 5 ਲੋਕ ਬੈਠੇ ਨੇ ਜੀ ਅੱਜ ਭੁੱਖ ਹੜਤਾਲ 'ਤੇ, ਉਸ ਤੋਂ ਬਾਅਦ ਲਗਾਤਾਰ ਇਹ ਜਿਹਨੇ ਤੱਕ ਜਾਂਚ ਨਹੀਂ ਕਮੇਟੀ ਨਹੀਂ ਬਣਦੀ ਲਗਾਤਾਰ ਚੱਲਦਾ। ਬੜੀ ਮੰਦਭਾਗੀ ਘਟਨਾ ਹੋਈ ਹੈ ਪੰਜਾਬ ਦੇ ਸੰਗਰੂਰ ਦੇ ਵਿੱਚ ਭਗਵਾਨਪੁਰਾ ਦੇ ਵਿੱਚ। ਇੱਕ ਛੋਟਾ ਜਿਹਾ 2 ਸਾਲ ਦਾ ਮਾਸੂਮ ਬੱਚਾ ਜੋ ਬੋਰਵੈਲ ਦੇ ਵਿੱਚ ਫਸਿਆ ਹੋਇਆ ਸੀਗਾ, ਪ੍ਰਸ਼ਾਸਨ ਦੀ ਨਲਾਇਕੀ ਕਰਕੇ, ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਉਹਨੂੰ 6 ਦਿਨ ਲੱਗ ਗਏ ਇੱਕ ਬੋਰਵੈਲ ਦੇ ਵਿੱਚੋਂ ਕੱਢਣ ਲਈ, ਅਤੇ ਅੰਤ ਦੇ ਵਿੱਚ ਕੱਢਿਆ ਕਿਸ ਤਰੀਕੇ ਨਾਲ ਗਿਆ, ਬੱਚੇ ਦੇ ਕੁੰਡੀਆਂ ਮਾਰ ਮਾਰ ਕੇ ਉਹਦਾ ਸਾਰਾ ਸਰੀਰ ਪਾੜ ਕੇ ਬਾਹਰ ਕੱਢਿਆ ਗਿਆ। ਸਾਰੇ ਪਰਿਵਾਰ ਦੇ ਨਾਲੋਂ ਜੋ ਵੀ ਉੱਥੇ ਹੋ ਰਿਹਾ ਸੀ ਉਹ ਸਾਰੇ ਪਰਿਵਾਰ ਦੇ ਨਾਲੋਂ ਲੁਕੋਇਆ ਗਿਆ, ਆਮ ਲੋਕਾਂ ਤੋਂ ਲੁਕੋਇਆ ਗਿਆ, ਮੀਡੀਆ ਤੋਂ ਲੁਕੋਇਆ ਗਿਆ ਕਿ ਇਹ ਪ੍ਰਸ਼ਾਸਨ ਦੀ ਨਲਾਇਕੀ ਨਹੀਂ। ਅੱਜ ਪੰਜਾਬ ਸਰਕਾਰ ਵੱਲੋਂ ਕੋਈ ਇਨਕੁਆਇਰੀ ਨਹੀਂ ਇਹਦੇ 'ਤੇ ਬਿਠਾਈ ਗਈ। ਅਸੀਂ ਮੰਗ ਕਰਦੇ ਹਾਂ ਕਿ CGI ਦੀ ਇਨਕੁਆਇਰੀ ਜਾਂ ਕੋਈ ਉੱਚ ਪੱਧਰੀ ਇਨਕੁਆਇਰੀ ਇਹਦੇ 'ਤੇ ਕਰਾਈ ਜਾਵੇ ਅਤੇ ਜੋ ਵੀ ਦੋਸ਼ੀ ਨੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਅਸੀਂ ਇੱਥੋਂ ਤੱਕ ਮੰਗ ਕਰਦੇ ਹਾਂ ਕਿ ਜਿਹੜੇ ਪ੍ਰਸ਼ਾਸਨ ਵਾਲੇ ਇਹਦੇ ਵਿੱਚ ਇਨਵੋਲਵ ਨੇ ਜਾਂ ਕੋਈ ਸਰਕਾਰ ਦਾ ਬੰਦਾ ਇਨਵੋਲਵ ਹੈ, ਕੋਈ ਵੀ ਇਨਵੋਲਵ ਹੈ ਇਸ ਗਣਗਹਿਲੀ ਦੇ ਵਿੱਚ, ਉਹਨਾਂ 'ਤੇ ਪਰਚੇ ਤੱਕ ਕੀਤੇ ਜਾਣ। ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪਹੁੰਚੇ। ਇਸ ਤੋਂ ਬਾਅਦ ਉਹ ਗੁਰਦਾਸਪੁਰ ਲਈ ਨਿਕਲ ਗਏ। ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਸੰਨੀ ਦਿਓਲ 3 ਦਿਨ ਉੱਥੇ ਰਹਿ ਕੇ ਹਲਕੇ ਦਾ ਦੌਰਾ ਕਰਨਗੇ ਅਤੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਨਗੇ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਨ ਸ਼ੁਰੂ ਕਰਨ ਜਾ ਰਹੀ ਏ। ਹਰ ਸਾਲ ਤਕਰੀਬਨ 10 ਲੱਖ ਤੋਂ ਵੱਧ ਪੰਜਾਬੀ ਕੈਨੇਡਾ ਅਤੇ ਭਾਰਤ ਆਉਂਦੇ ਜਾਂਦੇ ਹਨ, ਉਹਨਾਂ ਲਈ ਇਹ ਬੇਹੱਦ ਵੱਡੀ ਰਾਹਤ ਦੀ ਖ਼ਬਰ ਏ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਕਿ ਕੌਮਾਂਤਰੀ ਸੈਰ ਸਪਾਟਾ ਦਿਵਸ ਵਾਲੇ ਦਿਨ ਯਾਨੀ ਆਉਂਦੀ 27 ਸਤੰਬਰ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਦਰਮਿਆਨ ਬਾਰਸਤਾ ਦਿੱਲੀ ਉਡਾਨ ਸ਼ੁਰੂ ਹੋਣ ਜਾ ਰਹੀ ਏ। ਪੁਰੀ ਨੇ ਇਹ ਜਾਣਕਾਰੀ ਟਵੀਟ ਰਾਹੀਂ ਦਿੰਦੇ ਦੱਸਿਆ ਕਿ ਉਡਾਨ ਯਾਤਰੀਆਂ ਨੂੰ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਜਾਵੇਗੀ ਅਤੇ ਉੱਥੋਂ ਸਿੱਧੀ ਟੋਰਾਂਟੋ ਲਈ ਉਡਾਨ ਭਰੇਗੀ। ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿੱਚ 4 ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆਈ ਏ। ਹਾਲਾਂਕਿ ਪਰਿਵਾਰ ਨੇ ਹੋਰ ਲੋਕਾਂ ਦੀ ਮਦਦ ਨਾਲ ਕੁਝ ਦੇਰ ਬਾਅਦ ਬੱਚੇ ਨੂੰ ਬਾਹਰ ਕੱਢ ਲਿਆ ਅਤੇ ਪਠਾਨਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਏ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ 4 ਸਾਲਾਂ ਬਿੱਟੂ ਘਰ ਦੇ ਨੇੜੇ ਖੇਡ ਰਿਹਾ ਸੀ, ਉਹ ਅਚਾਨਕ ਬੋਰਵੈਲ ਵਿੱਚ ਡਿੱਗ ਗਿਆ ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਫਤਿਹਵੀਰ ਦੀ ਡੂੰਘੇ ਬੋਰਵੈਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਸੀ, ਪਰ ਹਾਲੇ ਵੀ ਲੋਕ
इस घटना तो सबक नहीं लै रहे। हालांकि परिवार वालिया इस बच्चे नूं समा रहिंदे बोरवेल विचों बाहर कढ लिया, पर बच्चे की लत ते गंभीर सट्टा लगिया हन। दो मिनट जी बाहर गया है, बाहर जाने मुंडा मैंने पूछता मेरा बड़ा डैडी मुंडा कितने गया, मैं बेटा बाहर नहीं गया जी, वो अजे मगर ही चल गया, मगर जाने उचर खून जितने पहुँच गया था जी, रब जाने पी या की किया सीधा ही जा बेच पिया। किन्ने बजे की गल है? ये 7:30 बजे की गल है। फिर की हो फिर उस बाद मुंडिया ने मुंडा मेरा आया घर दौड़ा गया, उन्हें कहा डैडी मुंडा डिग गया खूह के, अभी सारा पिंड सारा इकट्ठा हो गया, तो मैं दौड़ता ही मैं खूह वालों घेरा मार के मैं दौड़ता रस्सा लैन गया, रस्सा लिया के खूह सुटिया तो नाल बन के उतो फिर मुंडा बच्चे तारिया, जिन्हों का खूह है उन्होंने मुंडा बच्चे उतरिया जी। साढ़े को कल राती 10 बजे के करीब प्रदीप बच्चा जिहड़ा 3 साल की एज है, मैरा पिंड का रहने वाला, साढ़े को राती 10 बजे इत खूह के डिगन के कारण साढ़े को पहुँचा, जिसे कि सिर के उत्ते और पट से सट लगी सी, जिदा असी तरीके इलाज करने तो बाद बच्चे की रिकवरी अच्छी हुई है और स्टेबल है बच्चा, हुण असी उन्हें घर भेज रहे हैं, डिस्चार्ज कर रहे हैं और बच्चे की जान न मतलब बचा हो गया कि उन्होंने छेती वो घर दिन ने भाल की और उन्होंने छेती टोए के कोई 20-25 मिनट तो बाद कट ली। चेन्नई तो माता वैष्णो तक चलन वाली अंडेमान एक्सप्रेस के यात्रियों ने लुधियाना रेलवे स्टेशन से रेलवे प्रशासन खिलाफ जम के हंगामा किया। उन्होंने कहना सी कि गर्मी नाल हाल बेहाल है, ट्रेन में लगे एसी ते पखे भी नहीं चल रहे। इन्हें ही नहीं, गुस्से में आई भीड़ ने ट्रेन खिंच के ट्रेन तक रोक दी। इस तो बाद लोगों ने प्रशासन खिलाफ नारेबाजी की। लगभग हम लोग जब से बैठे हैं तब से सिर्फ रात में 5-6 घंटा एसी अच्छा चला है, बाकी दोपहर में कल दोपहर पूरी हमने ऐसी काटी है, आज भी हमने ऐसी काटी है। हम लोग को पठानकोट जाना है, बिल्कुल बच्चे बीमार हो रहे, पसीने से हाल बेहाल है, सो नहीं रहे हैं। तो अभी प्रशासन ने क्या कहा आपको? हमने सबको कंप्लेन कर ली, सब लोग बोल रहे हैं कि कंप्लेन फॉरवर्ड हो गई, हो रहा है। पहले हमें कहा गया कि भोपाल में होगा, फिर कहा गया कि झांसी में होगा, भोपाल चले गया, झांसी चला गया, रात भर निकाल दिए, दिल्ली भी चला गया। कितने घंटे से आप गाड़ी में हो? हम लोग सुबह 6:15 बजे बैठे थे हम लोग 13 तारीख को, मतलब कल, बस बीच में चला 5-6 घंटा फिर बंद हो गया। भिवानी हरियाणा से, एसी नहीं चल रहा, इसमें एसी नहीं चल रहा, घुटन हो रही, गाड़ी में 9 बजे से है, हाँ एक बार भी नहीं चला। ये तो गाड़ी वाले बताए हमें, क्या पता क्या दिखते आ रही है, आप ये देखो ये खून लगा है मेरे हाथों को, हम नागपुर से बैठा है, हम इनको हर बार बोल रहा है, हम इनकी हेल्प कर रहे हैं तो भी ये लोग कर नहीं रहा है, और यहाँ पे बोलता है कि और थोड़ा सा इधर आगे चल जाओ आगे हो जाएगा काम, हम ऐसा नागपुर से सुनते आ रहे हैं। बच्चों की हालत खराब हुई है, हमारे साथ छोटे छोटे बच्चे 8-8, 9-9, 10-10 महीने के बच्चे, हमने यहाँ पे ट्रेनिंग की रुकाई, इन्होंने ट्रेन चला दी, हमने पुलिंग करने के बाद में भी इन लोगों ने ट्रेन चलाई है। फतेहगढ़ के नेले पिंड रुपाल हेड़ी विखे नकदी और सोने के गहने चोरी होने की खबर मिली है। जानकारी देंदे घर के मालिक हरदीप सिंह ने दसाया कि वह पिंड विच एक समागम में शामिल होने लिए घर तो करीब 11:30 बजे गए सन, जदों करीब 2 बजे घर वापस आए तो देखा कि घर के ताले टुटे हुए थे, अलमारी के लोकर तोड़ के करीब 18 तोले के सोने के गहने और 40,000 की नकदी गायब सी। मौके पर पहुंची पुलिस ने मामले की जांच शुरू कर दी है। असी सुबह अपना 11:30 बजे फंक्शन तो इतने डेरे मिली तो बाबा रंगी राम के उत्थे अखंड पाठ साहब सीगा तो वो भोग ते गए सी, जो असी उत्थों वापस आए 2 बजे के करीब तो जदों ताला खुलन गए तो ताला टुटा हुआ सीगा, तो जो अंदर आए तो अंदर आकर सारा समान बैड फोले हुए थे, कपबोर्ड वगैरह सारे फोले हुए थे, तो उस बाद अल गोदरेज की अलमारी जी पट्टी पई सी बारियां नाल, सारे लॉकर तोड़े पे थे, वो अंदर जोड़े गहने पे से अंदर आए लॉकर चो भी पट के 18-20 तोले के कोई करीब सोना ले गए, तो बाकी 40,000 रुपये नकदी तो बाकी होर समान छोटा मोटा जो है वह भी ले गए। श्री अमृतसर साहिब विखे अज काउंटर इंटैलीजेंस टीम नूं समें वड्डी सफलता मिली जदों उन्होंने हथियारों समेत 2 नामी गैंगस्टरां नूं गिरफ्तार किया है। पुलिस ने इन्हां गैंगस्टरां कोलों 2 पिस्टल ते 150 गोलियां बरामद कीतियां हन। पुलिस मुताबिक इन्हां गैंगस्टरां ते पहलां तो ही फरौती ते लुट्टां खोहां दे अनेक मामले ने दर्ज। इस मामले संबंधी पुलिस का कहना है कि गैंगस्टरां तो पुछगिछ की जा रही है ते इस मामले विच होर भी वड्डे खुलासे होण दी उम्मीद जताई जा रही है। काउंटर इंटेलिजेंस अमृतसर की जो स्पेशल टीम है
इन्होंने एक सीक्रेट इंफॉर्मेशन पे दो नोटोरियस लड़कों को पकड़ने में कामयाबी हासिल की है। उनमें से एक करमजीत सिंह कर्मा, ये छाटे का रहने वाला है, और दूसरा हरमनजीत सिंह, ये पड्डे विलेज तहसील बाबा बकाला अमृतसर रूरल का रहने वाला है। इन दोनों के ऊपर पहले 307 के FIR दर्ज हुए। छाटा पुलिस स्टेशन में एक FIR दर्ज हुआ 2018 में, जिसमें करमजीत सिंह कर्मा मेन एक्यूज है। हमारी इंफॉर्मेशन के मुताबिक इनके पास बहुत सारे वेपन और जो एमिनेशन थे, ऐसी इंफॉर्मेशन थी। आज सुबह स्पेशल टीम अंडर इंस्पेक्टर इंद्रदीप सिंह और सब इंस्पेक्टर और कुछ ASIS की टीम थी, उन्होंने जो रेड की तो ये दो बंदे एक इनोवा कार में मानावाला के नजदीक हमें पकड़े गए, और इनसे जो कार थी बिना नंबरी कार थी, कार में जो नंबर प्लेटें मिली है वो मैच नहीं करती है। दूसरा कि चार वेपन मिले, इनमें से तीन पिस्टल है, एक रिवॉल्वर है, दो पिस्टल है जो 32 बोर के और एक पिस्टल है 30 बोर का, और कुल 153 राउंड्स मिले हैं जो कि सारे अनलाइसेंस वेपन है, और इनका कोई अभी तक जो भी जो रिकॉर्ड है, तीनों मतलब इनके ऊपर टोटल 3 FIR है। हरमनजीत पे 2 FIR ऑलरेडी हो चुके, और करमजीत सिंह कर्मा जो है पहले ही एक्सटॉर्शन और ऐसे इसमें इन्वॉल्व रहा है। आम आदमी पार्टी पंजाब ने बिजली दरां विच वादे खिलाफ मोर्चा खोलिया है। पार्टी विधायक अमन अरोड़ा ने मुख्यमंत्री कैप्टन अमरिंदर सिंह नूं एक होर चिट्ठी लिखी है। उन्होंने मांग की है कि बिजली दियां दरां विच पिछले दिनों दौरान किया वादा तुरंत वापस लिया जाए। इस दे नाल ही पिछली अकाली बीजेपी सरकार वालों 3 प्राइवेट थर्मल प्लांटां नाल किए गए बिजली खरीद समझौते तुरंत रद्द किए जाण। आप आगू ने मुख्यमंत्री नूं लिखा कि सत्ता विच आ तुहाडी कांग्रेस सरकार ने अपने वादियां ते पूरा उतरन दी थां उल्टा अमल शुरू कर दिता है। 2.5 सालां दे शासन दौरान वार वार बिजली दरां विच वादा किया जा रहा है, पर प्राइवेट थर्मल प्लांटां नाल बादलां वल्लों कीते गए घातक ते कपलेबाजी नाल भरे समझौते रद्द करन बारे चुप ही ताल लईए। श्री मुक्तसर साहिब दे बूढ़ा गुजर रोड ते कांग्रेसी कौंसलर दे भरा भांजी अते होर साथियां वल्लों इक औरत दी बेतहाशा कुटमार करन दी वायरल हुई वीडियो ने सब दे रोंगटे खड़े कर दिते हन। उक्त दोषियां दा फाइनेंस दा कारोबार है ते पता लग्गिया कि उक्त व्यक्ति औरत दे घर पैसे लैण गए सन। पैसे ना मिलण ते गुस्से विच आए इन्हां व्यक्तियां ने सड़क ते लिजा के औरत दी बैल्टां नाल बहुत बुरी तरह कुटमार कीती। उक्त गंभीर जख्मी औरत नूं सरकारी हस्पताल श्री मुक्तसर साहिब विखे दाखिल करवाया गया। इस मौके जो औरतां छुड़वाउण आईआं उन्हां दी वी कुटमार कीती गई। गुंडागर्दी दे इस नंगे नाच ने अमन कानून दी स्थिति ते वी सवालिया निशान लगा दिते हन। इस नाल ही अजीत खबरां दा ये बुलेटिन इत्थे ही खत्म हुंदा है। नवीं ते ताज़ा तरीन खबरां लैके फिर तो हाजिर होवांगे। तद तक लई दिओ इजाजत, सत श्री अकाल।